ਸਤਿਕਾਰ ਤੁਸੀਂ ਦੇਖ ਰਹੇ ਹੋ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ ਤੇ ਅੱਜ ਟ੍ਰੇਲਰ ਰਿਲੀਜ਼ ਹੋਇਆ ਬਾਲੀਵੁੱਡ ਮੂਵੀ ਹੈਪੀ ਫਿਰ ਭਾਗ ਜਾਏਗੀ ਦਾ। ਜੇ ਗੱਲ ਕਰੀਏ ਫਿਲਮ ਦੀ ਸਟਾਰ ਕਾਸਟ ਦੀ ਤਾਂ ਫਿਲਮ 'ਚ ਨਜ਼ਰ ਆਉਣਗੇ ਸੋਨਾਕਸ਼ੀ ਸਿਨਹਾ, ਜੱਸੀ ਗਿੱਲ, ਜਿਮੀ ਸ਼ੇਰਗਿੱਲ, ਡਾਇਨਾ ਪੈਂਟੀ ਤੇ ਅਲੀ ਫਜ਼ਲ। ਟ੍ਰੇਲਰ ਦੀ ਸਟਾਰਟਿੰਗ ਵਿੱਚ ਚਾਈਨਾ ਦਿਖਾਇਆ ਗਿਆ ਤੇ ਉੱਥੇ ਹੁੰਦੀ ਹੈ ਐਂਟਰੀ ਸੋਨਾਕਸ਼ੀ ਸਿਨਹਾ ਦੀ, ਜੋ ਕਿ ਬਹੁਤ ਹੀ ਮਜ਼ੇਦਾਰ ਡਾਇਲੋਗ ਬੋਲ ਰਹੀ ਹੈ ਕਿ ਅੰਮ੍ਰਿਤਸਰ ਦੇ ਹਰ ਦੂਜੇ ਘਰ ਵਿੱਚ ਹਰ ਤੀਜੀ ਕੁੜੀ ਦਾ ਨਾਮ ਹੁੰਦਾ ਹਰਪ੍ਰੀਤ, ਯਾਨੀ ਕਿ ਹੈਪੀ। ਯਾਨੀ ਕਿ ਬਾਲੀਵੁੱਡ ਨੂੰ ਵੀ ਪਤਾ ਲੱਗ ਗਿਆ ਹੈ ਕਿ ਪੰਜਾਬ ਦੇ ਹਰ ਘਰ ਵਿੱਚ ਹੈਪੀ ਜ਼ਰੂਰ ਹੁੰਦੀ ਹੈ। ਜੇ ਗੱਲ ਕਰੀਏ ਜੱਸੀ ਗਿੱਲ ਦੀ, ਜੱਸੀ ਗਿੱਲ ਦੀ ਇਹ ਪਹਿਲੀ ਬਾਲੀਵੁੱਡ ਡੈਬਿਊ ਮੂਵੀ ਹੈ। ਜੱਸੀ ਗਿੱਲ ਦੀ ਲੁੱਕ ਬਹੁਤ ਹੀ ਸੋਹਣੀ ਲੱਗ ਰਹੀ ਹੈ, ਪੱਗ ਵਿੱਚ ਜੱਸੀ ਗਿੱਲ ਜੱਚ ਰਿਹਾ ਹੈ। ਤੇ ਜਿਮੀ ਸ਼ੇਰਗਿੱਲ ਦਾ ਤਾਂ ਕੀ ਕਹਿਣਾ, ਹਰ ਫਿਲਮ ਵਿੱਚ ਜਿਮੀ ਸ਼ੇਰਗਿੱਲ ਦੀ ਪਰਸਨੈਲਿਟੀ ਹੋਰ ਵੀ ਨਿਖਰ ਕੇ ਆਉਂਦੀ ਹੈ। ਟ੍ਰੇਲਰ ਵਿੱਚ ਤੁਹਾਨੂੰ ਨਜ਼ਰ ਆਏਗੀ ਕਨਫਿਊਜ਼ਨ, ਐਂਟਰਟੇਨਮੈਂਟ, ਫੈਮਿਲੀ ਡਰਾਮਾ ਤੇ ਹੋਰ ਵੀ ਬਹੁਤ ਕੁਝ। ਟ੍ਰੇਲਰ ਦੇ ਡਾਇਲੋਗ ਪੰਚਿਸ ਵੀ ਇੰਨੇ ਮਜ਼ੇਦਾਰ ਨੇ, ਜੇ ਟ੍ਰੇਲਰ ਵਿੱਚ ਇੰਨੀ ਧਮਾਲ ਹੈ ਤੇ ਫਿਲਮ 'ਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਫਨ ਹੋਣ ਵਾਲਾ ਹੈ। ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਮੁਦੱਸਰ ਅਜ਼ੀਜ਼ ਨੇ ਤੇ ਇਸ ਨੂੰ ਪ੍ਰੋਡਿਊਸ ਕਰ ਰਿਹਾ ਆਨੰਦ ਐਲ ਰਾਏ। ਫਿਲਮ ਰਿਲੀਜ਼ ਹੋ ਰਹੀ ਹੈ ਜੀ 24 ਅਗਸਤ ਨੂੰ। ਜੇ ਤੁਸੀਂ ਪੰਜਾਬੀ ਸਟਾਰ ਜੱਸੀ ਗਿੱਲ ਨੂੰ ਬਾਲੀਵੁੱਡ ਡੈਬਿਊ ਮੂਵੀ 'ਚ ਦੇਖਣਾ ਚਾਹੁੰਦੇ ਹੋ ਤਾਂ ਇਹ ਫਿਲਮ ਜ਼ਰੂਰ ਦੇਖੋ ਤੇ ਉਦੋਂ ਤੱਕ ਤੁਸੀਂ ਇੰਜੋਏ ਕਰੋ ਇਸ ਮੂਵੀ ਦਾ ਟ੍ਰੇਲਰ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਐਂਡ ਫੋਰ ਮੋਰ ਬਾਲੀਵੁੱਡ ਐਂਡ ਪਾਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰ ਟਾਕਸ।